ਫਾਜ਼ਿਲਕਾ ਦੇ ਤਾਜ਼ਾ ਸਮਾਚਾਰਾਂ ਵਿੱਚ ਤੁਹਾਡਾ ਸਵਾਗਤ ਹੈ। ਮਾਨਯੋਗ ਡਾਕਟਰ ਕੇਤਨ ਬਾਲੀ ਰਾਮ ਪਾਟਿਲ IPS ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਵੱਲੋਂ ਯੋਗ ਦਿਸ਼ਾ ਨਿਰਦੇਸ਼ ਨੂੰ SI ਅੰਗਰੇਜ਼ ਕੁਮਾਰ ਇੰਚਾਰਜ CIA ਫਾਜ਼ਿਲਕਾ ਸਮੇਤ ਪੁਲਿਸ ਪਾਰਟੀ ਬਾਈਪਾਸ ਅਬੋਹਰ ਮੌਜੂਦ ਸੀ ਤਾਂ ਮੁਕਬਰ ਖਾਸ ਨੇ ਇਤਲਾਹ ਦਿੱਤੀ ਕਿ ਬਾਬੂਲਾਲ ਵਿੱਕੀ ਬਤਰਾ ਉਰਫ ਰਜਨੀਸ਼ ਕੁਮਾਰ ਪੁੱਤਰ ਹੰਸਰਾਜ ਕੌਮ ਮਹਾਜਨ ਗਲੀ ਨੰਬਰ 15 ਨੇੜੇ ਬੱਸ ਸਟੈਂਡ ਅਬੋਹਰ, ਮਹੇਸ਼ ਕੁਮਾਰ, ਦਵਿੰਦਰ ਕੁਮਾਰ ਪੁੱਤਰ ਜੈਚੰਦ ਕੌਮ ਅਰੋੜਾ ਵਸਨੀਕ ਕ੍ਰਿਸ਼ਨਾ ਨਗਰ ਅਬੋਹਰ, रमेश कुमार पुत्र गोविंद राम कौम महाजी वासी जम्मू बस्ती गली नंबर 4 अबोहर, सुरेश कुमार उर्फ शेरी नरूला वासी नवी आबादी गली नंबर 8 अबोहर, जग्गा सिंह सिरकी बंद वासी गली नंबर 4 धर्मनगरी अबोहर, सारे जने रल के आसपास देशों दे विच चिट्टा मिट्टी का तेल पिकअप गड्डिया राही जो अज भी पिकअप गड्डी पर कुछ ड्रम इतला दे ठोस होन ते मुकदमा नंबर 28 अबोहर दर्ज रजिस्टर किया गया है। SI अंग्रेज कुमार ने CIA इंचार्ज ਫਾਜ਼ਿਲਕਾ समेत पुलिस पार्टी वालों मुकबर वालों दसी जगह से रेड करके दोषियों रमेश कुमार और जग्गा सिंह उकतान पिकअप गड्डी नंबर PB9Q0970 है तो बाकी दोषी भजन में कामयाब हो गए। अगे तफ्तीश जारी है। 300 रुपये पिछे आया सी वीर जी, मेरे जवाक है छोटे छोटे, बस मैं रोज गुरदासपुर पटाले जाता सी ते मेरी ए है बस मेरे गरीब बंदा मैनू ਸੀ ਇੰਚਾਰਜ ਅੰਗਰੇਜ਼ ਸਿੰਘ ਅਬੋਹਰ ਏਰੀਆ ਵਿੱਚ ਗਸ਼ਤ 'ਤੇ ਸੀਗਾ। ਇਹਨਾਂ ਨੂੰ ਇੱਕ ਖੁਫੀਆ ਤਲਾਹ ਮਿਲੀ ਕਿ ਕੁਛ ਬੰਦੇ ਅਬੋਹਰ ਦੇ ਉਹ ਚਿੱਟਾ ਮਿੱਟੀ ਦਾ ਤੇਲ ਲਿਆ ਕੇ ਮਹਿੰਦਰਾ ਪਿਕਅਪ ਗੱਡੀਆਂ 'ਤੇ ਲਿਆਉਂਦੇ ਨੇ ਅਤੇ ਅਸਲ ਮਿੱਟੀ ਦਾ ਤੇਲ ਮਤਲਬ ਦੱਸ ਕੇ ਅਤੇ ਉਹ ਵੇਚਦੇ ਨੇ ਅਤੇ ਇਸ ਤਲਾਹ 'ਤੇ ਉਹਨੂੰ ਕੇਸ ਰਜਿਸਟਰ ਕਰਕੇ ਅਤੇ ਉਸ ਤੋਂ ਬਾਅਦ ਜੋ ਮੁਖਬਰ ਦੀ ਤਲਾਹ ਮੁਤਾਬਕ ਜਿੱਥੇ ਮਤਲਬ ਰੇਡ ਕੀਤਾ ਅਤੇ ਜੱਗਾ ਅਤੇ ਰਮੇਸ਼ ਨਾਂ ਦੇ ਦੋ ਬੰਦੇ ਮਿਲੇ समेत महिंद्रा पिकअप गड्डी और वो 7 ड्रम जिहड़े चिट्टा मिट्टी का तेल ड्रम कितनी क्वांटिटी सी सर इहदे टोटल जिहड़े 1540 लीटर इहदी रिकवरी हैगी आ ते नाल कुछ खाली ड्रम मिले तो ये ला के मतलब वेचदे सी इहनां दे कुछ होर बंदे भी फड़न वाले हैगे आ असीं उहदा भी पता कर रहे हां भी इहदी मतलब किदां ये ਲਿਆਉਂਦੇ ਸੀਗੇ ਕੀ ਇਹਨਾਂ ਦਾ ਉੱਥੇ ਕਿੰਨੇ ਕਿੰਨਾ ਬੰਦੇ ਨਾਲ ਤਾਲਮੇਲ ਸੀ ਇਸ ਜਾਲੀ ਤੇਲ ਕਿਹਨਾਂ ਨੂੰ ਵੇਚਦੇ ਸੀ ਇਹ ਕਿਸ ਕੰਮ ਲਈ ਵੇਚਦੇ ਸੀ ਡਿਪੂਆਂ ਦੇ ਵੇਚਦੇ ਸੀ ਫਿਰ ਜੀ ਅਸੀਂ ਪੁੱਛਤਛ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਡਿਪੂਆਂ ਨੂੰ ਵੇਚਿਆ ਕਦੋਂ ਤੋਂ ਲੱਗੇ ਸੀ ਇਹ ਸਾਰੀ ਅਸੀਂ ਪੁੱਛ ਪੜਤਾਲ ਕਰ ਰਹੇ ਹਾਂ।